ਕਹਿੰਦਾ ਪਹੁੰਚਾਣ ਖੈੜ ਅਤੇ ਡੋਲੀ ਖੈੜ ਅਤੇ ਡੋਲੀ ਕਲਾਂ ਅਸੀਂ ਸਰਦਾਰ ਕੇਸਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਗਰਾਊਂਡ ਵਿੱਚ ਜਾਣ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਸਰਦਾਰ ਕੇਸਰ ਸਿੰਘ ਜੀ ਖਿਡਾਰੀਆਂ ਨਾਲ ਇੰਟਰੋਡਕਸ਼ਨ ਕਰਨ ਜਾ ਰਹੇ ਹਨ ਸਰਦਾਰ ਕੇਸਰ ਸਿੰਘ ਜੀ ਪਲੇਅਰਾਂ ਨੂੰ ਬੇਨਤੀ ਹੈ ਕਿ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਨੂੰ ਸਵਾਗਤ ਕੀਤਾ ਜਾਵੇ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਸਾਬੀ ਚੌਂਕੀ ਇੰਚਾਰਜ ਸਰਦਾਰ ਜਸਵੀਰ ਸਿੰਘ ਥਾਣੇਦਾਰ ਓਂਕਾਰ ਸਿੰਘ ਇੰਸਪੈਕਟਰ ਹਰਵਿੰਦਰ ਸਿੰਘ ਮਾਸਟਰ ਸਤਵਿੰਦਰ ਸਿੰਘ ਜੀ ਬਿੱਟੂ ਸੰਦੀਪ ਸਿੰਘ ਪਰਮਾਰ ਹੌਲਦਾਰ ਇੰਦਰਪਾਲ ਸਿੰਘ ਅਤੇ ਭੁਪਿੰਦਰ ਸਿੰਘ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਕੇਸਰ ਸਿੰਘ ਜੀ ਦੇ ਜੋ ਸਾਡੇ ਬੁਲਾਵੇ 'ਤੇ ਇੱਥੇ ਪੁੱਜੇ ਹਨ ਸਾਡਾ ਅੱਜ ਦਾ ਪਹਿਲਾ ਸੈਮੀਫਾਈਨਲ ਮੈਚ ਡਰੋਲੀ ਕਲਾਂ ਅਤੇ ਖੈੜ ਬਹੁਤ ਵਧੀਆ ਮੈਚ ਜੋ ਇੱਕ ਦੋ ਮਿੰਟ ਵਿੱਚ ਸ਼ੁਰੂ ਹੋਣ ਜਾ ਰਿਹਾ ਸਾਡਾ ਦੂਸਰਾ ਸੈਮੀਫਾਈਨਲ ਮੈਚ ਭਗਤੂਪੁਰ ਅਤੇ ਸਰਹਾਲਾ ਖੁਰਦ ਇਹਨਾਂ ਦੋਵਾਂ ਟੀਮਾਂ 'ਚੋਂ ਕੋਈ ਪਲੇਅਰ ਆਇਆ ਹੋਵੇ ਤਾਂ ਸਾਨੂੰ ਸਟੇਜ 'ਤੇ ਸੂਚਿਤ ਜ਼ਰੂਰ ਕਰਕੇ ਜਾਵੇ ਸਰਹਾਲਾ ਖੁਰਦ ਅਤੇ ਭਗਤੂਪੁਰ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਸਾਡੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਲਾਈਵ ਟੈਲੀਕਾਸਟ ਮਾਲਵਾ ਟੀਵੀ .com ਤੇ ਚੱਲ ਰਿਹਾ ਜੋ ਵੀ ਸੱਜਣ ਸਾਡੇ ਮੈਚਾਂ ਦਾ ਆਨੰਦ ਮਾਨਣਾ ਚਾਹੁੰਦਾ ਹੋਵੇ ਉਹ ਮਾਲਵਾ ਟੀਵੀ .com ਤੇ ਦੇਖ ਸਕਦਾ ਹੈ ਲਾਈਵ ਟੈਲੀਕਾਸਟ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਚੱਲਦਾ ਮਾਲਵਾ ਟੀਮ
ਸਾਡਾ ਦਾ ਪਹਿਲਾ ਮੈਚ ਖੈੜ ਅਤੇ ਡਰੋਲੀ
ਬੱਚਾ ਮੈਜਰ ਕਰ ਲਈਏ Thank you.
Dani yar kuku Thank you.
बहुत बढ़िया मैच खैर अति ट्रोली कला गोल्डन स्ट्रा साडा दा पहला सेमीफाइनल खैर अति ट्रोली कला साडे एक स्कूल दे प्लेयर दा मोबाइल बज गया है अगर किसी दर्शक नु मिलया होवे तां सानू स्टेज ते दे जान स्कूल दे प्लेयर दा एक मोबाइल जो गुम गया है अगर किसी को मिल रहा है तो सानू स्टेज ते दे जान जी ਸਾਡਾ ਅਗਲਾ ਸੈਮੀਫਾਈਨਲ ਮੈਚ ਸਰਹਾਣਾ ਖੁਰਦ ਅਤੇ ਭਗਤਪੁਰ ਦੋਨੋਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤਿਆਰ ਹੋ ਕੇ ਵਾਰਮ ਅਪ ਕਰ ਲੈਣ ਸਰਹਾਣਾ ਖੁਰਦ ਅਤੇ ਭਗਤਪੁਰ ਇਹ ਜੋ ਪਹਿਲਾ ਸੈਮੀਫਾਈਨਲ ਚੱਲ ਰਿਹਾ
ਟੋਲੀ ਕਲਾ ਅਤੇ ਖੈੜ ਗੋਲਡਨ ਸਟਾਰ ਬਹੁਤ ਹੀ ਵਧੀਆ ਮੈਚ ਦਰਸ਼ਕਾਂ ਦੀ ਜਾਣਕਾਰੀ ਲਈ ਸਾਡਾ ਇਹ ਦੂਸਰਾ ਸੈਵਨ ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਹੈ ਜੋ ਕਿ ਅਸੀਂ ਦੋ ਅੰਤਰਰਾਸ਼ਟਰੀ ਖਿਡਾਰੀ ਸਾਡੇ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਪਰਮਾਰ ਉਰਫ ਸੋਢੀ ਅਤੇ ਰਵਿੰਦਰ ਸਿੰਘ ਰਾਓ ਇਹਨਾਂ ਦੋ ਪਲੇਅਰਾਂ ਦੀ ਯਾਦ ਵਿੱਚ ਕਰਵਾ ਰਹੇ ਹਾਂ। ਇਸ ਟੂਰਨਾਮੈਂਟ ਵਿੱਚ ਬਹੁਤ ਹੀ ਸਹਿਯੋਗ ਸਾਰੇ ਨਗਰ ਨਿਵਾਸੀਆਂ ਦਾ ਸਾਡੇ ਐਨ ਆਰ ਆਈ ਭਰਾਵਾਂ ਦਾ ਅਤੇ ਗ੍ਰਾਮ ਪੰਚਾਇਤ ਦਾ ਜੋ ਲਗਾਤਾਰ ਸਾਡਾ ਸਹਿਯੋਗ ਕਰ ਰਹੇ ਹਨ। ਅਸੀਂ ਬਹੁਤ ਹੀ ਧੰਨਵਾਦੀ ਹਾਂ ਕਮੇਟੀ ਵੱਲੋਂ, ਬਹੁਤ ਹੀ ਧੰਨਵਾਦੀ ਸਾਰੇ ਦਰਸ਼ਕਾਂ ਦੇ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਹਰ ਰੋਜ਼ ਇੱਥੇ ਪੁੱਜਦੇ ਹਨ। ਬਹੁਤ ਹੀ ਧੰਨਵਾਦ ਜੀ। ਸਾਡਾ ਅਗਲਾ ਮੈਚ ਸਰਹਾ ਖੁਰਦ ਅਤੇ ਭਗਤਪੁਰ ਦੋਨੋਂ ਟੀਮਾਂ ਦੇ ਪਲੇਅਰ ਨੂੰ ਬੇਨਤੀ ਹੈ ਕਿ ਤਿਆਰ ਹੋ ਜਾਣ ਅਤੇ ਵਾਰਮ ਅਪ ਕਰ ਲੈਣ। ਸਰਹਾਲਾ ਖੁਰਦ ਅਤੇ ਭਗਤਪੁਰ ਇਹ ਜੋ ਮੈਚ ਚੱਲ ਰਿਹਾ ਡੋਲੀ ਕਲਾਂ ਅਤੇ ਖੈੜ ਗੋਲਡਸ ਦਾ ਬਹੁਤ ਹੀ ਵਧੀਆ ਮੈਚ ਡੋਲੀ ਕਲਾਂ ਅਤੇ ਖੈੜ ਆਹ
ਸਾਡਾ ਅਗਲਾ ਮੈਚ ਸਰਹਾਲਾ ਖੁਰਦ ਅਤੇ ਭਗਤੂਪੁਰ ਦੋਨੋਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤਿਆਰ ਹੋ ਕੇ ਵਾਰਮ ਅਪ ਕਰ ਲੈਣ ਭਗਤੂਪੁਰ ਅਤੇ ਸਰਹਾਲਾ ਖੁਰਦ
ਸਰਹਾਲਾ ਖੁਰਦ ਅਤੇ ਭਗਤਪੁਰ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਕਿ ਤਿਆਰ ਹੋ ਕੇ ਵਾਰਮ ਅਪ ਕਰ ਜਾਓ।
ਸਰਹਣਾ ਖੁਰਦ ਅਤੇ ਭਗਤੀਪੁਰ ਕਾਲੀ ਖਾਵਾ ਯਾਰ ਤੇ ਉਹ ਲੀਨ ਦਾ ਫੋਟੋ ਲੈ ਤਾ
ਉਹ ਕੁੱਕੂ ਆ ਜਾ ਅਗਲਾ ਮੈਚ ਸਰਹਾਲਾ ਖੁਰਦ ਅਤੇ ਭਗਤਪੁਰ ਆਉਂਦੇ ਨਹੀਂ ਯਾਰ ਉਹ ਦੋਨੋਂ ਟੀਮਾਂ ਦੇ ਪਲੇਅਰ ਨੂੰ ਬੇਨਤੀ ਹੈ ਕਿ ਤਿਆਰ ਹੋ ਜਾਣ ਸਰਹਾਲਾ ਖੁਰਦ ਅਤੇ ਭਗਤਪੁਰ ਇਹ ਜੋ ਮੈਚ ਮਨੀ 2 ਮਿੰਟ ਰਹਿੰਦੇ ਬਾੜ ਲਾ ਬੋਲੀ ਕਲਾ ਅਤੇ ਖੈੜ ਗੋਲਡਨ ਡਰਾ ਬੋਲੀ ਕਲਾ ਅਤੇ ਖੈੜ ਸਾਡਾ ਤਾਂ ਪਹਿਲਾ ਸੈਮੀਫਾਈਨਲ ਮੈਚ ਉਹ ਸੁੱਖੇ ਆ ਜਾ ਓਏ ਉੱਠ ਕੇ ਆ ਜਾ ਮਣੀ ਬਾੜ ਲਾ ਯਾਰ ਕੁੱਕੂ ਆ ਜਾ ਓਏ ਮਣੀ ਸੁੱਖੇ ਦੀ ਬਾੜ ਦਾ ਸੁੱਖੇ ਨੂੰ ਸੁੱਖਾ ਵੀ ਆ ਦੇਖ ਲੈ ਟਾਈਮ ਹੈਗਾ ਕਿ ਨਹੀਂ ਹੈਗਾ।
Thank you.
ਸਾਡਾ ਦੂਸਰਾ ਮੈਚ ਸੈਮੀਫਾਈਨਲ ਸਰਹਾਲਾ ਖੁਰਦ ਅਤੇ ਭਗਤੂਪੁਰ ਬਹੁਤ ਹੀ ਵਧੀਆ ਮੈਚ ਸਰਹਾਲਾ ਖੁਰਦ ਅਤੇ ਭਗਤੂਪੁਰ ਸਾਡਾ ਤਾਂ ਪਹਿਲਾ ਸੈਮੀਫਾਈਨਲ ਮੈਚ ਜੋ ਹਜੇ ਤੱਕ ਗੋਲਡਨ ਪਲਾ ਹੈ ਉਸਦਾ ਫੈਸਲਾ ਐਕਸਟਰਾ ਟਾਈਮ ਸਾਢੇ ਸੱਤ ਮਿੰਟ ਦਾ ਟਾਈਮ ਦਿੱਤਾ ਜਾਵੇਗਾ ਸਾਢੇ ਸੱਤ ਦੇ ਮਿੰਟ ਦੇ ਦੋ ਹਾਫ ਅਗਲਾ ਮੈਚ ਸਰਹਾਲਾ ਖੁਰਦ ਅਤੇ ਭਗਤੂਪੁਰ ਦੋਨੋਂ ਟੀਮਾਂ ਦੇ ਪਲੇਅਰ ਨੂੰ ਬੇਨਤੀ ਹੈ ਕਿ ਬਿਲਕੁਲ ਤਿਆਰ ਰਹਿਣ ਅਤੇ ਮੈਚ ਦੇ ਖਤਮ ਹੁੰਦੇ ਸਾਰ ਗਰਾਊਂਡ ਵਿੱਚ ਐਂਟਰ ਕਰ ਜਾਣ ਭਗਤੂਪੁਰ ਅਤੇ ਸਰਹਾਲਾ ਖੁਰਦ ਸਾਡਾ ਦੂਸਰਾ ਸੈਮੀਫਾਈਨਲ ਮੈਚ ਆਹ
Thank you.
ਹੈਡ ਅਤੇ ਟਰੋਲੀ ਕਲਾ ਗੋਲਡਸ ਦਾ ਐਕਸਟਰਾ ਟਾਈਮ ਦਾ ਦੂਸਰਾ ਹਾਫ ਸ਼ੁਰੂ ਹੋਣ ਜਾ ਰਿਹਾ ਖੈਡ ਅਤੇ ਟਰੋਲੀ ਕਲਾ ਇਸ ਤੋਂ ਅਗਲਾ ਮੈਚ ਸਰਹਾਲਾ ਖੁਰਦ ਅਤੇ ਭਗਤੂਪੁਰ ਸਾਡਾ ਅੱਜ ਦਾ ਦੂਸਰਾ ਸੈਮੀਫਾਈਨਲ ਮੈਚ ਸਰਹਾਲਾ ਖੁਰਦ ਅਤੇ ਭਗਤੂਪੁਰ Thank you.
ਡਰੋਲੀ ਕਲਾ ਵੱਲੋਂ ਬਹੁਤ ਹੀ ਵਧੀਆ ਗੋਲ ਇਸ ਗੋਲ ਨਾਲ ਡਰੋਲੀ ਕਲਾ 1 ਖੈਰ 0 ਡਰੋਲੀ ਦੇ ਪਲੇਅਰ ਅਜੇ ਲਈ 200 ਰੁਪਏ ਦਾ ਕੈਸ਼ ਇਨਾਮ ਸਰਦਾਰ ਤਲਵਿੰਦਰ ਸਿੰਘ ਹੁਣਾ ਵੱਲੋਂ 200 ਰੁਪਏ ਦਾ ਕੈਸ਼ ਇਨਾਮ ਅਜੇ ਲਈ ਖੇਡ ਦੇ ਪਲੇਅਰਾਂ ਲਈ ਕਾਕਾ ਇਟਲੀ ਵੱਲੋਂ 500 ਰੁਪਏ ਦਾ ਇਨਾਮ ਅਗਰ ਖੇਡ ਦੀ ਟੀਮ ਗੋਲ ਕਰਦੀ ਹੈ ਤਾਂ
ਸਾਡੀ ਅੰਡਰ 14 ਟੀਮ ਦਾ ਪਲੇਅਰ ਪ੍ਰਭ ਉਹ ਕਿਰਪਾ ਕਰਕੇ ਸਟੇਜ ਤੇ ਆਵੇ ਪ੍ਰਭਜੋਤ ਸਿੰਘ ਬੱਡੋ ਅੰਡਰ 14 ਦਾ ਪਲੇਅਰ ਬਹੁਤ ਹੀ ਵਧੀਆ ਮੈਚ ਖੇਡ ਅਤੇ ਡੋਲੀ ਕਲਾਂ ਜਿਸ ਵਿੱਚ ਕਿ ਡੋਲੀ ਕਲਾਂ ਐਕਸਟਰਾ ਟਾਈਮ ਵਿੱਚ 1-0 ਨਾਲ ਜੇਤੂ ਰਿਹਾ ਅਗਲਾ ਮੈਚ ਸਰਹਾਲਾ ਖੁਰਦ ਅਤੇ ਭਗਤਪੁਰ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਕਿ ਜਲਦੀ ਗਰਾਊਂਡ ਵਿੱਚ ਐਂਟਰ ਕਰ ਜਾਣ ਭਗਤਪੁਰ ਅਤੇ ਸਰਹਾਲਾ ਖੁਰਦ ਬਿੰਦਾ ਖੇਡ ਦੀ ਟੀਮ ਦਾ ਡਿਫੈਂਡਰ ਉਸ ਲਈ 100 ਰੁਪਏ ਦਾ ਕੈਸ਼ ਪ੍ਰਾਈਜ਼ ਆਇਆ ਹੈ ਉਹ ਆਪਣਾ ਆ ਕੇ ਸਟੇਜ ਤੇ ਲੈ ਜਾਣ ਸੁਲੱਖਣ ਸਿੰਘ ਖੇਡ ਤੋਂ ਉਹਨਾਂ ਵੱਲੋਂ ਬਿੰਦਾ ਜੋ ਖੇਡ ਦੀ ਟੀਮ ਦਾ ਡਿਫੈਂਡਰ ਹੈ ਉਸ ਲਈ 100 ਰੁਪਏ ਦਾ ਇਨਾਮ ਆਇਆ ਹੈ ਜੀ ਉਹ ਸਟੇਜ ਤੋਂ ਆ ਕੇ ਸਾਡੇ ਕੋਲ ਲੈ ਜਾਣ ਖੇਡ ਦੇ ਗੋਲਕੀਪਰ ਅਤੇ ਡਿਫੈਂਡਰ ਲਈ 100-100 ਰੁਪਏ ਦਾ ਇਨਾਮ ਹੈ ਸਾਡੇ ਕੋਲ ਉਹ ਪਲੀਜ਼ ਆ ਕੇ ਸਾਡੇ ਕੋਲ ਲੈ ਜਾਣ ਖੇਡ ਦੇ ਗੋਲਕੀਪਰ ਲਈ ਕਾਕਾ ਇਟਲੀ ਵੱਲੋਂ 100 ਰੁਪਏ ਦਾ ਕੈਸ਼ ਇਨਾਮ